मैं दीदार सिंह का पोता हाँ। तो साढ़े दादा जी 1971 की जंग शहीद होए ने अमृतसर धनोआ बॉर्डर से। तो सर सानू शहीद होने करके बाद सानू जमीन आई आ 12 किले अलाट हुई सी, जिदों सानू 8 किले जमीन मिली है। तो 4 किले जी बकाया जमीन रही थी, चरणजीत सिंह फौजी ने सानू कहा बई वो 4 किले आप बकाया थोनू असी दवा दें। असी जब बच्चे सी सानू पता नहीं सी इस गल बारे, साड़ी माता जी नू नाल लै के चल गया कचहरियाँ चाहे जाके, कहना माता जी थोड़े 4 किले जमीन आई हुई है थोड़े नाल रजिस्ट्री करवा दें। जाके माता जी माता के नाते उल्टा जी 2 किले ये किसी होर पासे रहन करवा गया है, 15 लाख रुपये च रहन कराती है ने। ठीक है जी, असी सानू 2-3 साल बाद पता लग गया, तो सानू पता लग गया तो असी जदों इस बारे कार्रवाई की तो ये पहली गल तो यह मुकर गया सी। बाद चो जदों असी केस कूस किया चलिया साडा तो मनिया, ये कहना मेरे तो गलती हो गई मैं तुहानू फक करा दूंगा। बाद चो फिर असी ये मगर बहुत तुरे फिरे जी, तो बाद चो फिर असी ब्याज ते 8 लाख रुपया फड़ के असी अपनी जमीन फक करवाई। ठीक है सर, तो असी यही मंग करना चाहते हैं कैप्टन अमरिंदर सिंह तो फौज के वड्डे तो वड्डे अफसरों तो कि साडू इस दा माता साडी बजुर्ग ने। ठीक है जी, असी बच्चे हाँ, कोई इन्ना काम कार है नहीं साढ़े कोल, भी असी ब्याज के पैसे फड़े ने, कोई साडा कोई हल किया जाए। ਤੁਸੀਂ ਕੀ ਚਾਹੁੰਦੇ ਹੋ ਵੀ ਤੁਹਾਡੇ ਤੋਂ ਪੈਸੇ ਵਾਪਸ ਲਏ ਜਾਣ ਤੁਹਾਡੇ ਕਾਰਵਾਈ? ਹਾਂਜੀ ਸਰ, ਸਾਨੂੰ ਅਸੀਂ ਇਹੀ ਕਹਿੰਦੇ ਵੀ ਸਾਡਾ ਜੋ ਵੀ ਵਿਆਜ ਹੈ ਅਤੇ ਉਲਟਾ 7 ਲੱਖ ਰੁਪਈਆ ਤਾਂ ਉਲਟਾ ਜਿਹੜਾ ਵਿਆਜ ਪੈਂਦਾ ਪਿਆ ਸਾਨੂੰ ਵਾਪਸ ਦਵਾਇਆ ਜਾਵੇ। ਅਤੇ ਮਾਤਾ ਜੀ ਨੂੰ ਜਿਹੜੇ ਸ਼ਹੀਦ ਜਿਹੜੇ ਨੇ ਪਿਤਾ ਪਤੀ ਸ਼ਹੀਦ ਹੋਏ ਨੇ, ਉਹ ਤੋਂ ਇਲਾਵਾ ਜ਼ਮੀਨ ਤੋਂ ਇਲਾਵਾ ਤੁਹਾਨੂੰ ਸਰਕਾਰ ਨੇ ਕਦੇ ਕੋਈ ਹੋਰ ਆਰਥਿਕ ਸਹਾਇਤਾ ਜਾਂ ਕੋਈ ਪੈਕੇਜ ਜਾਂ ਕੁਛ ਕੋਈ ਦਿੱਤਾ ਕੋਈ ਪੈਸਾ ਤੱਕ? ਨਹੀਂ ਸਰ, ਅਜੇ ਤੱਕ ਤਾਂ ਕੋਈ ਨਹੀਂ ਆਇਆ। ਅਸੀਂ ਇਹੀ ਕਹਿੰਦੇ ਹਾਂ ਕਿ ਮਾਤਾ ਜੀ ਨੂੰ ਜੋ ਪੈਨਸ਼ਨ ਆਉਂਦੀ ਹੈ ਥੋੜ੍ਹੀ ਬਹੁਤੀ, ਉਹ 'ਚ ਘਰ ਦਾ ਹੀ ਗੁਜ਼ਾਰਾ ਮਸੀਂ ਚੱਲਦਾ ਜੀ। ਅਸੀਂ ਇਹੀ ਕਹਿੰਦੇ ਹਾਂ ਵੀ ਸਾਡਾ ਇਹ ਫੈਸਲਾ ਕੀਤਾ ਜਾਵੇ ਕਿ ਸਾਨੂੰ ਪੈਸੇ ਵਾਪਸ ਦਵਾਏ ਜਾਣ। ਜੀ ਮਾਤਾ ਜੀ, ਵੇਖੋ ਜੀ, ਮੇਰੇ ਨਾਲ ਇਹਨਾਂ ਨੇ ਧੋਖਾ ਕੀਤਾ ਹੈ, ਚਰਨਜੀਤ ਨੇ। ਮੈਨੂੰ 12 ਕਿੱਲੇ ਜ਼ਮੀਨ ਅਲਾਟ ਹੋਈ ਅਤੇ ਮੈਨੂੰ ਕਹਿੰਦਾ ਸੀ ਤਿੰਨ ਕਾਹਦੇ ਬਦਲੇ ਅਲਾਟ ਹੋਈ ਸਾਨੂੰ, ਕਿਸ ਕੋਲੋਂ ਅਲਾਟ ਹੋਈ ਸੀ? ਹਾਂਜੀ ਹਾਂਜੀ, 71 ਦੇ ਜੰਗ 'ਚ ਜੀ ਸ਼ਹੀਦ ਹੋਇਆ ਸੀ ਨਾ ਮੇਰਾ ਬੰਦਾ। ਅੱਛਾ, ਤੁਹਾਡਾ ਘਰ ਵਾਲਾ ਕਤਲ ਜੰਗ ਸ਼ਹੀਦ, ਕੀ ਨਾਂ ਕੀ ਸੀ ਉਹਨਾਂ ਦਾ ਜੀ? ਦਿਦਾਰ ਸਿੰਘ ਸੀ। ਅੱਛਾ ਜੀ, ਹਾਂਜੀ ਜੀ। ਉਦੋਂ ਮੈਨੂੰ ਜ਼ਮੀਨ ਮਿਲੀ ਸੀ 8 ਕਿੱਲੇ। ਅੱਛਾ ਜੀ, ਲਾਟ ਹੋਈ ਸੀ ਤੇ 12 ਕਿੱਲੇ ਤੇ ਫੌਜੀ ਮੈਨੂੰ ਕਹਿਣ ਲੱਗਾ ਏ ਚਰਨਜੀਤ, ਇਹ ਕਹਿੰਦਾ ਹੈ ਕਿ ਮਾਤਾ ਤੈਨੂੰ ਜ਼ਮੀਨ 8 ਕਿੱਲੇ ਉਹਨਾਂ ਦਿੱਤੀ ਗਈ, ਜਿਹੜੀ 2 ਕਿੱਲੇ ਜ਼ਮੀਨ ਰਹਿ ਗਈ ਏ 4 ਕਿੱਲੇ ਉਹ ਮੈਂ ਤੈਨੂੰ ਦਵਾਨਾ। ਅੱਛਾ, ਮੈਨੂੰ ਜੀ ਉਹ ਲੈ ਗਿਆ ਸੰਭਰਾਲੇ ਇੱਥੇ ਮਾਛੂਆੜੇ ਕਚਹਿਰੀਆਂ 'ਚ। ਉੱਥੇ ਜਾ ਕੇ ਮੈਂ ਪੜ੍ਹ ਸੀ ਅੰਗੂਠੇ ਛਾਪ ਭਾਵੇਂ, ਉੱਥੇ ਜਾ ਕੇ ਇਹਨੇ ਮੇਰੇ ਤੋਂ ਲਿਖਾ ਕੇ ਜਿਹੜੀ ਮੇਰੀ 2 ਕਿੱਲੇ ਜ਼ਮੀਨ ਸੀ ਨਾ ਇਹ ਕਿਸੇ ਅੱਗੇ ਗਹਿਣੇ ਕਰ ਦਿੱਤੇ, ਗਹਿਣੇ ਕਰਕੇ 15 ਲੱਖ ਰੁਪਈਆ ਇਹਨੇ ਲੈ ਲਿਆ। ਅੱਛਾ, ਮੈਨੂੰ ਅਨਪੜ੍ਹ ਸੀ, ਮੈਨੂੰ ਕੋਈ ਪਤਾ ਨਹੀਂ ਉਹ ਵੀ ਇਹਨੇ ਮੇਰੇ ਨਾਲ ਕੀ ਕੀਤਾ ਕੀ ਨਹੀਂ ਕੀਤਾ। ਇਹ ਜੀ ਉੱਥੇ 15 ਲੱਖ ਰੁਪਈਆ ਲੈ ਲਿਆ, ਮੈਂ ਚੁੱਪ ਕਰਕੇ ਆਪਣੇ ਘਰ ਆ ਗਈ। ਮੈਨੂੰ ਨਹੀਂ ਸੀ ਪਤਾ ਵੀ ਇਹਨੇ ਮੇਰੇ ਨਾਲ ਠੱਗੀ ਕੀਤੀ ਹੈ। ਘਰ ਆ ਕੇ ਸਾਨੂੰ ਕੋਈ 2-3 ਸਾਲ ਹੋ ਗਏ, ਇਸ ਗੱਲ ਦਾ ਪਤਾ ਹੀ ਨਹੀਂ ਸੀ। ਇਹ ਜੀ ਸਾਨੂੰ ਕਿਸੇ ਨੇ ਆ ਕੇ ਦੱਸਿਆ ਕਿ ਮਾਤਾ ਤੇਰੀ ਜ਼ਮੀਨ 'ਤੇ ਗਹਿਣੇ ਹੋਈ ਹੈ, ਤੁਹਾਨੂੰ ਕੋਈ ਨਹੀਂ ਪਤਾ ਨਹੀਂ? ਅਸਾਂ ਕਿਹਾ ਜੀ ਸਾਨੂੰ ਕੋਈ ਪਤਾ ਨਹੀਂ ਸਾਡੀ ਜ਼ਮੀਨ ਉੱਪਰ। ਕਹਿੰਦਾ ਤੁਸੀਂ ਪਟਵਾਰੀ 'ਤੇ ਪਤਾ ਕਰੋ। ਜਿਸ ਟਾਈਮ ਅਸਾਂ ਪਟਵਾਰੀ ਕੋਲ ਗਏ ਉਹ ਕਹਿੰਦਾ ਜੀ ਜ਼ਮੀਨ 'ਤੇ ਤੁਹਾਡੀ 2 ਕਿੱਲੇ ਜਿਹੜੀ ਉਹ ਗਹਿਣੇ ਹੋ ਗਈ ਹੈ, ਉਹਨਾਂ ਨੇ 15 ਲੱਖ ਰੁਪਈਆ ਲੈ ਲਿਆ। ਅਤੇ ਜੀ ਇਸ ਤਰ੍ਹਾਂ ਦੀ ਗੱਲ ਹੈ, ਮੇਰੇ ਨਾਲ ਤਾਂ ਬਹੁਤ ਧੋਖਾ ਹੋਇਆ, ਮੈਂ ਗਰੀਬਣੀ ਹਾਂ, ਮੈਂ ਬਿਮਾਰ ਰਹਿੰਦੀ ਹਾਂ, ਮੈਂ ਤਾਂ ਟੁਰਨ ਜੋਗੀ ਨਹੀਂ ਹੁਣ ਕਚਹਿਰੀਆਂ 'ਚ। ਇਹ ਸਾਨੂੰ ਹੁਣ ਕੋਈ ਉੱਤਰ ਪੱਤਰ ਦਿੰਦਾ ਹੀ ਨਹੀਂ ਉਹ। ਤੇ ਤੁਸੀਂ ਹੁਣ ਕੀ ਚਾਹੁੰਦੇ ਹੋ ਸਰਕਾਰ ਤੋਂ ਜੀ? ਵੀ ਜੀ ਸਾਡਾ ਹੁਣ ਸਰਕਾਰ ਕੋਈ ਫੈਸਲਾ ਕਰੇ, ਜਿਹੜਾ ਮੈਂ 7 ਲੱਖ ਰੁਪਈਆ ਭਰ ਬੈਠੀ ਹਾਂ, ਕੋਈ ਉਹਦਾ ਮੇਲਾ ਕਰੇ। ਮੈਂ ਵੀ ਤਾਂ ਗਰੀਬਣੀ ਹਾਂ, ਮੈਂ ਵਿਆਜਾਂ 'ਤੇ ਚੁੱਕ ਕੇ ਅਤੇ ਮੈਂ 7 ਲੱਖ ਰੁਪਈਆ ਭਰਿਆ ਹੈ। ਉਹ ਮੈਨੂੰ ਚਰਨਜੀਤ ਤੋਂ ਦਵਾਉਣ, ਕੋਈ ਮੇਰਾ ਫੈਸਲਾ ਰੁਪਈਆ ਤਾਂ ਖਾ ਗਿਆ ਚਰਨਜੀਤ ਸਾਰਾ। 15 ਲੱਖ ਰੁਪਈਆ ਚਰਨਜੀਤ ਨੇ ਲਿਆ, ਇਹਦਾ ਲਿਖਿਆ। ਅੱਜ ਬੰਦੇ ਮੂੰਹ 'ਤੇ ਵੀ ਆਉਣ ਨੂੰ ਤਿਆਰ ਨੇ, ਉਹ ਕਹਿੰਦੇ ਨੇ ਅਸਾਂ ਸਾਨੂੰ ਸੱਦੋ, ਅਸਾਂ ਮੂੰਹ 'ਤੇ ਦੱਸਾਂਗੇ। ਪਹਿਲਾਂ ਮੰਨ ਗਿਆ ਸੀ ਕਿ ਮੈਂ ਰੁਪਈਆ ਇਹਨੂੰ ਮੈਂ ਜ਼ਮੀਨ ਰਹਿਣ ਕਰਾ ਕੇ ਦਿੰਦਾ। ਅੱਛਾ ਜੀ, ਬਾਅਦ 'ਚ ਇਹ ਮੁੱਕਰ ਗਏ, ਕਹਿੰਦਾ ਮੈਂ ਨਹੀਂ ਰਹਿਣ ਕਰਾਉਣੀ। ਅੱਛਾ, ਮੈਂ ਨਹੀਂ ਪੈਸੇ ਦੇਣੇ ਹੈਗੇ ਨਾ। ਠੀਕ,